ਧਰਨਾ ਕਿੰਨਾ ਕੁ ਲੰਬਾ ਚੱਲੂ ਹੋਰ? ਇਹਨੂੰ 6 ਸਾਲ ਤਾਂ ਹੋ ਗਏ, 6 ਸਾਲ ਤਾਂ ਹੋ ਗਏ ਜੀ। ਹਾਂਜੀ, ਲਗਾਤਾਰ ਚੱਲਦੇ ਨੂੰ ਸਰਕਾਰ ਹੈਗੀ। ਹਾਂਜੀ, ਇਹ ਸਰਕਾਰ ਲਾਰੇ ਲਪਕਾ ਦੀ ਸਰਕਾਰ ਹੈ। ਠੀਕ ਹੈ, ਕਿਸੇ ਕੁਛ ਨੀ ਦਿੰਦੀ ਕਿਸੇ ਨੂੰ। ਠੀਕ ਹੈ, ਪੱਲੇ ਕੁਛ ਨੀ ਹੈਗਾ। ਮਾਈ ਆਪਣੇ ਧਰਨਾ ਲੱਗਿਆ ਹੋਇਆ ਔਰ ਇਹ ਸਿੰਘ ਸੋਲਖੀਆਂ ਬਹੁਤ ਅੱਛੀ ਤਰ੍ਹਾਂ ਤੇ ਬਾਈ ਆਪਣੇ ਜਿਹੜੇ ਪੁਰਾਣੇ ਟਾਈਮ ਵਿੱਚ ਭਰਤੀ ਹੋਏ ਤੇ ਅੱਤ ਵੱਧ ਟਾਈਮ ਵਿੱਚ ਖਾੜਕੂ ਬਾਲ ਜੀ ਕਹਿੰਦੇ ਜਿਹਨੂੰ ਆਪਾਂ, ਉਹਨਾਂ ਦੀ ਲੜਾਈ ਹੈ ਫਿਰ ਜਿਹੜੇ ਆਪਣੇ ਉੱਤੇ ਬੈਠੇ ਸੀਗੇ ਕਈ ਬਜ਼ੁਰਗ ਜੀ, ਨਾ ਤਾਂ ਉਹਨਾਂ ਨੂੰ ਪੱਕੇ ਕਰਿਆ ਨਾ ਉਹਨਾਂ ਪੈਨਸ਼ਨ ਲਾਈ ਵੀਰੇ, ਉਹਨਾਂ ਦਾ ਰੌਲਾ ਇਹ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਡਾ ਜਿਹੜਾ ਮਾਣ ਭੱਤਾ ਜਾਂ ਛੇਵਾਂ ਪੇ ਕਮਿਸ਼ਨ ਹੈ ਇਹਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਤਾਂ ਕਿ ਜਿਹੜਾ ਸਾਡਾ ਬੁਢਾਪਾ ਰੋਣ ਸਕੇ। ਮੈਂ ਹੁਣ ਇਹ ਦੋ ਤਿੰਨ ਨਾਰੇ ਲਾਉਣਾ, ਪੰਜਾਬ ਹੋਊਗਾ ਏਕਤਾ ਜ਼ਿੰਦਾਬਾਦ, ਪੰਜਾਬ ਹੋਊਗਾ ਏਕਤਾ ਜ਼ਿੰਦਾਬਾਦ, ਸਾਡੀਆਂ ਮੰਗਾਂ ਲਾਗੂ ਕਰੋ। ਤੇ ਬਾਈ ਰਾਤ ਦੇ ਬੈਠੇ ਬਜ਼ੁਰਗ ਸਾਰੇ ਆਪਣੇ ਜਿੰਨੇ ਬੰਦੇ ਹੈਗੇ ਨਾ, ਰਾਤ ਬਹੁਤ ਪੈਰੀ ਜਾਣ ਦਾ ਰਾਤ ਆਪਾਂ ਵੀ ਤਰ੍ਹਾਂ ਔਖੇ ਹੋ ਆਏ ਹਾਂ ਅਤੇ ਹੁਣ ਵੀ ਬੈਠੇ, ਉਹਨਾਂ ਦਾ ਸੁੱਖ ਹੈ ਧਾਰਨਾ ਚੱਕ ਨਹੀਂ ਹੁੰਦਾ ਵੀਰੇ। ਬਾਕੀ ਚਲੋ ਦੇਖਦੇ ਕੀ ਬਣਦਾ, ਕਿਸਾਨ ਵੀ ਇਹਨਾਂ ਦੀਆਂ ਆਪਣੀਆਂ ਸਰਕਾਰ ਮੰਗਾਂ ਮੰਨਦੀ ਕਿ ਨਹੀਂ ਮੰਨਦੀ, ਬਾਕੀ ਚਲੋ ਦੇਖਦੇ ਹਾਂ। ਬਾਕੀ ਭਾਈ ਟ੍ਰੈਫਿਕ ਇੱਧਰ ਨੂੰ ਜਾਂਦਾ, ਅੱਧਾ ਅੱਧਾ ਜੀ ਉੱਧਰ ਨੂੰ ਪਿੱਛੇ ਨੂੰ ਘੁਮਾਉਂਦੇ ਹਾਂ ਅਤੇ ਜਿਹੜੀਆਂ ਗੱਡੀਆਂ ਪਰਾਂ 'ਤੇ ਆਉਣੀ ਉਹ ਇੱਧਰ ਨੂੰ ਜਾਂਦੀਆਂ, ਜਿਹੜੇ ਪਰਾਂ 'ਤੇ ਆਉਂਦੇ ਕਰਾਲੀ ਵੱਲ 'ਤੇ ਉਹ ਬਾਈ ਉੱਧਰ ਨੂੰ ਖਾਬੜਿਆਂ ਵੱਲ ਨੂੰ ਹੋ ਗਏ ਸਾਲਾ ਪਰ ਦੇਖੇ ਜਿਹਨੂੰ ਘੁੰਮ ਕੇ ਜਾਂਦੇ ਪਰਾਂ ਪਰ ਦੇਖਣ ਅਤੇ ਮਾੜਾ ਟ੍ਰੈਫਿਕ ਦਾ ਧਿਆਨ ਰੱਖਿਓ ਵੀਰੇ ਆਪਣਾ ਆਪਣਾ। ਠੀਕ ਹੈ ਜੀ, ਬਾਕੀ ਚਲੋ ਦੇਖਦੇ ਹਾਂ ਮੰਗਾਂ ਪੂਰੀਆਂ ਹੋਣ ਕਿ ਨਹੀਂ। ਬਾਪੂ ਜੀ ਮਿਲੇ ਆਪਾਂ ਨੂੰ, ਬਾਪੂ ਜੀ ਕੀ ਰੌਲਾ ਉਰੇ? ਮੈਂ ਮਿੱਠੂ ਸਿੰਘ ਮਾਨਸਾ। ਹਾਂਜੀ, ਮੈਂ ਪ੍ਰਧਾਨ। ਠੀਕ ਹੈ ਜੀ, ਪੰਜਾਬ ਹੋਮਗਾਰਡ। ਹਾਂਜੀ ਹਾਂਜੀ, ਪੰਜਾਬ ਦਾ। ਠੀਕ ਹੈ ਜੀ, ਠੀਕ ਹੈ ਜੀ। ਮੈਂ ਲਗਾਤਾਰ ਹਾਂਜੀ 6 ਸਾਲਾਂ ਤੋਂ ਇੱਥੇ ਧਰਨਾ ਮਾਰ ਕੇ ਬੈਠਾ। ਠੀਕ ਹੈ ਜੀ, ਅਸੀਂ ਸਾਡੀਆਂ ਜਾਇਜ਼ ਮੰਗਾਂ ਨੇ ਜਿਹੜੀਆਂ, ਹਾਂਜੀ ਸਾਡੀ, ਅਸੀਂ 35-35, 40-40 ਸਾਲ ਠੀਕ ਹੈ ਜੀ ਹੋਮਗਾਰਡ ਮਹਿਕਮੇ ਵਿੱਚ ਡਿਊਟੀ ਕੀਤੀ ਹੈ। ਹਾਂਜੀ ਹਾਂਜੀ, ਪਰ ਇੱਥੋਂ ਦੀਆਂ ਸਰਕਾਰਾਂ ਨੇ ਜਦੋਂ ਸਾਡਾ ਜੰਮ ਲਾ ਲਿਆ, ਹਾਂਜੀ, ਉਹ ਸਾਨੂੰ ਖਾਲੀ ਹੱਥ ਭੇਜਤਾ। ਠੀਕ ਹੈ ਜੀ, ਸਾਨੂੰ ਕੋਈ ਪ੍ਰਸ਼ਨ ਨਹੀਂ, ਸਾਨੂੰ ਕੋਈ ਬਕਾਇਆ ਨਹੀਂ ਦਿੱਤਾ। ਠੀਕ ਹੈ ਜੀ, ਦੂਸਰੀ ਸਾਡੀ ਮੰਗ ਹੈ, ਅਸੀਂ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਜਿੱਤ ਕੇ ਆਏ ਹਾਂ। ਹਾਂਜੀ ਹਾਂਜੀ, ਜੋ ਸਾਡਾ ਪੁਲਿਸ ਦੇ ਰੈਂਕ ਦੇ ਮੁਤਾਬਕ, ਹਾਂਜੀ ਹਾਂਜੀ, ਸਾਨੂੰ ਕਾਂਸਟੇਬਲ ਦਾ ਸਕੇਲ ਦਿੱਤਾ। ਠੀਕ ਹੈ ਜੀ, ਜੋ ਸਹੂਲਤਾਂ ਕਾਂਸਟੇਬਲ ਨੂੰ ਮਿਲਦੀਆਂ ਨੇ, ਹਾਂਜੀ, ਉਹ ਸਾਡੇ ਹੋਮਗਾਰਡ ਦੇ ਜਵਾਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ। ਠੀਕ ਹੈ ਜੀ, ਕਿ ਜਿਵੇਂ ਪੇਕੇ ਮਿਸ਼ਨ ਦੀ ਰਿਪੋਰਟ ਹੈ, ਹਾਂਜੀ, ਡੀਏ ਦੀ ਕਿਸ਼ਤ ਹੈ, ਬੱਸ ਕਿਰਾਇਆ, ਹਾਂਜੀ, ਜਾਂ ਆਪਣੇ ਹੋਰ ਵੀ ਜਿਹੜੀਆਂ ਸਹੂਲਤਾਂ ਨੇਗੀਆਂ, ਹਾਂਜੀ, ਜਿਹੜੀਆਂ ਵਰਦੀਆਂ ਨੇ ਉਹ ਸਾਡੇ ਆਪਦੀਆਂ ਨੇਗੀਆਂ। ਠੀਕ ਹੈ, ਵਰਦੀਆਂ ਵੀ ਨਹੀਂ ਦਿੱਤੀਆਂ ਜਾਂਦੀਆਂ, ਹਾਂਜੀ, ਸਾਡੇ ਬਿਮਾਰ ਜੋ ਬਿਮਾਰ ਹੋ ਜਾਂਦੇ ਆ, ਸਾਡੇ ਇਲਾਜ ਵਾਸਤੇ ਵੀ ਕੋਈ ਇਹਨਾਂ ਦੀ ਸਹੂਲਤਾਂ ਦੇ ਰਹੇ। ਤੇ ਬਾਪੂ ਜੀ ਤੁਹਾਡੀ ਸਰਕਾਰ ਕੋਲ ਸੁਣ ਰਹੀ ਹੈ, ਕਿਆ ਕਰ ਰਹੀ ਹੈ ਸਰਕਾਰ ਹੁਣ? ਸਰਕਾਰ ਸਾਨੂੰ ਲਾਰੇ ਰੱਪੇ ਲਾ ਰਹੀ ਹੈ। ਠੀਕ ਹੈ ਜੀ, ਪਹਿਲਾਂ ਅਕਾਲੀ ਸਰਕਾਰ ਸੀ, ਹਾਂਜੀ, ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਠੀਕ ਹੈ, ਉਦੋਂ ਬਾਅਦ ਉਹਨਾਂ ਨਾਲ ਵੀ ਉਹ ਹਾਲ ਹੋਇਆ, ਹਾਂਜੀ, ਜਿਹੜਾ ਨਹੀਂ ਹੋਇਆ, ਹਾਂਜੀ, ਉਦੋਂ ਬਾਅਦ ਕੈਪਟਨ ਸਾਹਿਬ ਆ ਗਿਆ, ਹਾਂਜੀ, ਰੂਸ਼ਾ ਨੂੰ ਲੈ ਕੇ ਉੱਥੇ ਬੈਠਾ ਰਿਹਾ ਮਹਿਲਾਂ 'ਚ, ਹਾਂਜੀ, 5 ਸਾਲ ਸਾਡੀ
ਸਾਡੀ ਕਿਸੇ ਨੇ ਨਹੀਂ ਸੁਣੀ। ਠੀਕ ਹੈ ਜੀ। ਅਸੀਂ ਦੋ ਤਿੰਨ ਵਾਰੀ ਚੰਨੀ ਸਾਹਿਬ ਨੂੰ ਮਿਲ ਚੁੱਕੇ ਹਾਂ। ਹਾਂਜੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਸਾਡਾ ਬਠਿੰਡੇ ਦਾ ਹੈਗਾ। ਹਾਂਜੀ। ਅਸੀਂ ਉਹਨੂੰ ਵੀ ਮਿਲ ਚੁੱਕੇ ਹਾਂ। ਠੀਕ ਹੈ ਜੀ। ਪਰ ਸਾਡੀ ਉਹਨੇ ਵੀ ਸਾਡੀ ਬਾਹ ਨਹੀਂ ਪੜੀ। ਠੀਕ ਹੈ ਜੀ। ਪਰ ਦੋਸਤੋ ਉਹਦੇ ਖਿਲਾਫ਼ ਅਸੀਂ ਪੂਰਾ ਜੱਟ ਕੇ ਹਾਂਜੀ ਬਠਿੰਡੇ ਦੇ ਵਿੱਚ ਹਾਂਜੀ ਪੂਰਾ ਅਟਾਇਰ ਹੋਮਗਾਰਡ ਨੇ ਜਿੰਨੇ ਵੀ ਹੋਰ ਵੀ ਮਹਿਕਮੇ ਸੀ ਅਸੀਂ ਪੂਰਾ ਉਹਦਾ ਵਿਰੋਧ ਕੀਤਾ, ਪੂਰੀ ਤਰ੍ਹਾਂ ਹਰਾਇਆ। ਔਰ ਜਗਰੂਪ ਸਿੰਘ ਗਿੱਲ ਨੂੰ ਅਸੀਂ ਦਿੱਤਾ। ਤੇ ਬਾਬਾ ਜੀ ਮਾਨ ਸਰਕਾਰ ਕੁਛ ਕਰ ਰਹੀ ਹੈ ਕਿ ਨਹੀਂ ਜੀ? ਮਾਨ ਜਿਹੜੀ ਸਰਕਾਰ ਹੈ ਜੀ, ਸਰਕਾਰ ਹੈਗੀ ਹਾਂਜੀ, ਇਹ ਸਰਕਾਰ ਲਾਰੇ ਲੱਪਿਆ ਦੀ ਸਰਕਾਰ ਹੈ। ਠੀਕ ਹੈ। ਕਿਸੇ ਕੁਛ ਨਹੀਂ ਦਿੰਦੀ ਕਿਸੇ ਨੂੰ। ਠੀਕ ਹੈ। ਪੱਲੇ ਕੁਛ ਨਹੀਂ ਹੈਗਾ। ਹਾਂਜੀ ਹਾਂ, ਇਹ ਲਾਰੇ ਲਾ ਦਿੰਦੀ ਹੈ ਕਿ ਟੀਚਰਾਂ ਨੇ ਵੀ ਤੁਸੀਂ ਸੁਣਿਆ, ਹੋਰ ਵੀ ਸੁਣਿਆ। ਹੁਣ ਸਾਡੀ ਤੁਲਨਾ ਜਿਹੜੀ ਹਾਂਜੀ ਇਹ ਆਸ਼ਾ ਵਰਕਰ ਨਾਲ ਕਰੀ ਜਾ ਰਹੇ ਆ, ਇਹ ਉਹ ਵਾਰੰਟੀ ਆ ਰਿਹਾ, ਇਹੀ ਵਾਰੰਟੀ ਆ ਰਿਹਾ ਕਿ ਵਾਰੰਟੀ ਆ ਨੂੰ ਕਹਿੰਦੇ ਵੀ ਜੇ ਉਹਨਾਂ ਨੂੰ ਤੁਹਾਨੂੰ ਪੈਸੇ ਦਿੰਦੇ ਉਹਨਾਂ ਨੂੰ ਜਿਹੜੀ ਅਸੀਂ ਤਾਂ ਹਰ ਮੌਕੇ ਅੱਤਵਾਦ ਆਇਆ ਅੱਤਵਾਦ ਨੂੰ ਗੋਲੀ ਦੇ ਵਿੱਚ ਰਹੇ ਹਾਂ। ਹਾਂਜੀ ਹਾਂ। ਜੇ ਅਸੀਂ ਬਾਰਡਰ ਦੇ ਉੱਤੇ ਸਾਡਾ ਹੋਮਗਾਰਡ ਹਾਂਜੀ ਲੜਾਈ ਲੜ ਰਿਹਾ ਹੈਗਾ, ਉੱਥੇ ਵੀ ਬਾਰਡਰ ਸਾਡੀ ਹੋਮਗਾਰਡ ਹੈ ਜੀ। ਯਾਨੀ ਕਿ ਔਖੇ ਸਮੇਂ ਵੀ ਤੁਸੀਂ ਖੜੇ ਹੋ ਸਰਕਾਰ ਦੇ ਵਿੱਚ, ਖੜੇ ਆਪਾਂ ਹੋਮਗਾਰਡ ਖੜੀ ਹੈ। ਹਾਂਜੀ ਹਾਂ ਬਿਲਕੁਲ ਜੀ। ਤੇ ਆ ਮੁਕਾਬਲਾ ਹੋਇਆ ਹਾਂਜੀ, ਆਪਣਾ ਜਸਪਾਲ ਸਿੰਘ ਜੀ ਹੋਇਆ ਹਾਂਜੀ, ਦੀਨਾ ਨਗਰ ਮੁਕਾਬਲਾ ਹੋਇਆ ਅੱਤਵਾਦੀਆਂ ਦਾ ਹਾਂਜੀ, ਉੱਥੇ ਵੀ ਸਾਡੇ ਜਵਾਨ ਸ਼ਹੀਦ ਹੋਏ। ਪਰ ਸਰਕਾਰ ਨੇ ਸਾਡੇ ਮੁਲਾਜ਼ਮਾਂ ਬਾਰੇ ਕੁਝ ਨਹੀਂ ਸੋਚਿਆ, ਕੁਝ ਨਹੀਂ ਸੋਚਿਆ ਜੀ। ਠੀਕ ਆ। ਇਹ ਕਹਿੰਦੇ ਅਸੀਂ 2 ਕਰੋੜ ਤੋਂ ਹੀ ਭੱਜ ਗਏ। ਅੱਛਾ ਜੀ। ਹਾਂ, ਕਿਸੇ ਜਵਾਨ ਨੂੰ ਕੋਈ ਪੈਸੇ ਨਹੀਂ ਦੇ ਰਹੇ, ਜਵਾਨ ਦੇ ਪੱਕੇ ਨਹੀਂ ਹੈਗੇ ਜੀ, ਜਵਾਨ ਦੇ ਪੱਕੇ ਨਹੀਂ। ਠੀਕ ਆ। ਬਸ ਸਾਨੂੰ ਲਾਰਿਆਂ ਤੇ ਲਾਈ ਰੱਖਦੇ ਨੇ। ਠੀਕ ਹੈ ਜੀ। ਸਾਡੇ ਨਾਲ ਆਏ ਵਾਰੀ ਮੀਟਿੰਗਾਂ ਕਰ ਲੈਂਦੇ ਆ। ਹਾਂਜੀ। ਮੀਟਿੰਗਾਂ ਕਰਕੇ ਸਾਡੇ ਲਾਰਿਆਂ ਤੇ ਦੇ ਦਿੰਦੇ ਆ, ਸਾਨੂੰ ਕੁਛ ਨਹੀਂ ਦੇ ਰਹੇ। ਠੀਕ ਹੈ ਜੀ। ਹਾਂ, ਸਾਡੀ ਇਹੀ ਮੰਗ ਹੈ ਸਰਕਾਰ ਕੋਲੇ। ਹਾਂਜੀ। ਅਸੀਂ ਮੋਢੇ ਨਾਲ ਮੋਢਾ ਲਾ ਕੇ ਹਰ ਮੌਕੇ ਤੁਹਾਡੇ ਨਾਲ ਖੜੇ ਆ। ਹਾਂਜੀ, ਸਰਕਾਰ ਨੂੰ ਵੀ ਤੁਹਾਡੇ ਨਾਲ ਖੜਨਾ ਚਾਹੀਦਾ ਜੀ, ਉਹਨੇ ਦੇਣੀਆਂ ਚਾਹੀਦੀਆਂ। ਹਾਂਜੀ ਹਾਂਜੀ। ਕਿ ਅਸੀਂ ਇਹਨਾਂ ਦੀਆਂ ਕੋਠੀਆਂ 'ਚ ਵੀ ਸਾਡੇ ਜਵਾਨ ਨੇਗੇ, ਥਾਣੇ ਦੇ ਵਿੱਚ ਸਾਡੇ ਮੁਨਸੀ ਵੀ ਕੰਮ ਕਰਦੇ ਆ, ਹਾਂਜੀ, ਕਾਰਦਾਸ ਵੀ ਕੰਮ ਕਰਦੇ ਆ, ਬਿਲਕੁਲ, ਮੰਤਰੀ ਪਹਿਲੇ ਦੇ ਵੀ ਖੜਦੇ ਆ। ਹਾਂਜੀ। ਔਰ ਸਾਡੇ ਕੋਰਟਾਂ ਦੇ ਵਿੱਚ ਵੀ ਕੰਮ ਕਰਦੇ ਆ। ਠੀਕ ਹੈ। ਸਾਡੇ ਜੇਲ੍ਹਾਂ ਅਸੀਂ ਸਾਂਭੀਆਂ ਹੋਈਆਂ ਨੇ। ਹਾਂਜੀ। ਜੇਲ੍ਹਾਂ 'ਚ ਸਾਡੇ ਹੋਮਗਾਰਡ ਦੇ ਜਵਾਨ ਲੱਗੇ ਹੋਏ ਆ, 25-25 ਬੰਦੇ ਹਰੇਕ ਜੇਲ੍ਹ 'ਚ ਆ। ਤੇ ਬਾਪੂ ਜੀ ਇਹ ਧਰਨਾ ਕਿੰਨਾ ਕੁ ਲੰਬਾ ਚੱਲੂ ਹੋਰ? ਇਹ 6 ਸਾਲ ਤਾਂ ਹੋ ਗਏ। 6 ਸਾਲ ਤਾਂ ਹੋ ਗਏ ਜੀ। ਹਾਂਜੀ, ਲਗਾਤਾਰ ਚੱਲਦੇ ਨੂੰ। ਹਾਂਜੀ ਹਾਂ। ਤੇ ਇਸ ਤੋਂ ਬਾਅਦ ਹਜੇ ਸਾਡੀ 11 ਮੈਂਬਰੀ ਕਮੇਟੀ ਹੈ ਜਿਹੜੀ, ਠੀਕ ਹੈ ਜੀ, ਉਹ ਗਈ ਹੋਈ ਹੈ। ਹਾਂਜੀ। ਉਹ DGP ਸਾਹਿਬ ਦੇ ਤੇ ਮੁੱਖ ਮੰਤਰੀ ਦੇ ਕੋਲ ਗਈ ਹੋਈ ਹੈ। ਹਾਂਜੀ। ਤੇ ਵਿੱਤ ਮੰਤਰੀ ਸਾਹਿਬ ਵੀ ਹੋਣਗੇ। ਹਾਂਜੀ। ਜੋ ਫੈਸਲਾ ਕਰਨਗੇ ਤਾਂ ਇਹ ਜਿਹਦਾ ਉਹਨਾਂ ਨੇ ਸਾਨੂੰ ਕਹਿਤਾ ਦੇ ਤਾ। ਹਾਂਜੀ। ਕੁਛ ਫਿਰ ਤਾਂ ਅਸੀਂ ਧਰਨਾ ਚੱਕ ਲਾਂਗੇ। ਹਾਂਜੀ ਹਾਂ। ਫਿਰ ਤਾਂ ਵਧਾਈ ਦੇ ਪਾਤਰ ਸਰਕਾਰ, ਬਿਲਕੁਲ ਜੀ, ਜੇਕਰ ਨਾ ਦਿੱਤਾ ਅਸੀਂ ਘਰ ਸੋਚੂ ਵੀ ਲੰਬਾ ਜਾਂਦਾ। ਠੀਕ ਹੈ ਬਾਪੂ ਜੀ। ਤੇ ਅਗਲੇ ਪ੍ਰੋਗਰਾਮ ਵਿੱਚ ਦੇਖੀਏ। ਠੀਕ ਹੈ ਜੀ ਬਾਪੂ ਜੀ, ਧੰਨਵਾਦ ਜੀ। ਜੈ ਜਾਤਾ। ਠੀਕ ਹੈ। ਬਈ ਸ਼ਾਮ ਹੋ ਗਈ, ਧਰਨਾ ਤਾਂ ਚੱਕ ਹੋ ਗਿਆ ਜੀ। ਤੇ ਦੇਖੋ ਸਾਰੇ ਖਾਲੀ ਹੋ ਗਏ, ਲੰਘੇ ਸਾਰੇ ਬੰਦੇ ਘਰ ਨੂੰ। ਤੇ ਹਾਂਜੀ ਬਾਈ, ਆਪਣਾ ਧਰਨੇ ਵਾ ਜਾ ਕੇ ਆਏ ਤੇ ਹੁਣ ਉੱਥੇ ਤਾਂ ਹਲੇ ਕੁਛ ਵੀ ਨਹੀਂ ਹੈਗਾ, ਸਾਰਾ ਧਰਨਾ ਚੱਕ ਹੋ ਗਿਆ ਵੈਸੇ। ਤੇ ਬਾਬਾ ਜੀ ਨੇ ਪੁੱਛਿਆ ਤਾਂ ਉੱਥੇ ਇੱਕ ਨੂੰ, ਕਹਿੰਦੇ ਮਹਾਂ ਵੀ ਕਿਆ ਸੀਨ ਬਣਿਆ? ਤੇ ਉਹ ਕਹਿੰਦੇ ਵੀ ਕੱਲ੍ਹ ਨੂੰ 10 ਵਜੇ ਤੱਕ ਪਤਾ ਲੱਗੂ, ਬਾਕੀ ਕੀ ਉਹਨਾਂ ਦਾ ਗਾਹਾਂ ਪ੍ਰੋਗਰਾਮ ਹੈ ਨਾ। ਅਤੇ ਬਾਕੀ ਬਾਈ ਕੀ ਬਾਈ ਆਹੀ ਦਿਖਾਉਣਾ ਦਾ। ਅਤੇ ਇੱਕ ਗੱਲ ਵੀਰੇ ਹੋਰ, ਆਪਣੇ ਸਭਾ ਸ਼ੁਰੂ ਹੋ ਜਾਣੀ ਹੁਣ, ਸ਼ਹੀਦੀ ਜੋੜ ਮੇਲਾ ਜਿਹਨੂੰ ਆਪਾਂ ਕਹਿੰਦੇ ਹਾਂ ਨਾ। ਅਤੇ ਕੱਲ੍ਹ ਨੂੰ ਸੰਗਰਾਂਦ 16 ਤਰੀਕ ਆ ਨਾ, ਅਤੇ 17, 18, 19 ਦੀ ਆਪਣੇ ਭੱਠਾ ਸਾਹਿਬ ਆ, 19, 20, 21 ਦੀ ਆਪਣੇ ਬਾਹਮਣ ਮਾਜਰ ਪਿੰਡ ਆ। ਤਾਂ ਮੇਰਾ ਵੀਰ ਜ਼ਰੂਰ ਪਹੁੰਚਿਓ ਅਤੇ ਆ ਕੇ ਲੰਗਰ ਵਿੱਚ ਸੇਵਾ ਕਰਾਇਓ ਮੇਰਾ ਵੀਰ। ਅਤੇ ਬਾਕੀ ਵੀਰੇ ਖਾਣ ਪੀਣ ਥੋੜ੍ਹਾ ਪਰਹੇਜ਼ ਕਰ ਲਓ, ਆਪਣੇ ਸ਼ਹੀਦੀ ਦਿਨ ਚੱਲਦੇ ਆ ਹੁਣ, ਹੈ ਨਾ। ਅਤੇ ਆਪਣੇ ਕੇਸ ਕੂਸ ਵੀ ਨਾ ਕਟਾਇਓ ਵੀਰੇ, ਖਾਣ ਪੀਣ ਦੇ ਆਪਣਾ ਤੁਹਾਨੂੰ ਪਤਾ ਹੀ, ਜਿਹੜੇ ਥਾਂ ਨੂੰ ਬਹਿੰਦੇ ਆ ਵੀਰੇ, ਥੋੜ੍ਹਾ ਜਿਹਾ ਆਪਣਾ ਗੌਰ ਰੱਖਿਓ, ਹੈ ਨਾ, ਖਾਣ ਪੀਣ 'ਤੇ। ਆਪਣੇ ਗੁਰੂਆਂ ਨੇ ਬਹੁਤ ਕੁਛ ਕੀਤਾ ਆਪਣੇ ਲਈ, ਇੰਨਾ ਕੁ ਤਾਂ ਆਪਾਂ ਕਰੇ ਸਕਦੇ ਹਾਂ। 1 ਮਹੀਨੇ ਦੀ ਕਹਾਣੀ ਆ, ਇੱਥੋਂ ਅੱਧਾ ਮਹੀਨਾ ਤਾਂ ਲੰਘੇ ਗਿਆ ਵੈਸੇ, ਅੱਧਾ ਕੇ ਰਹਿ ਗਿਆ, ਮਾੜਾ ਮੋਟਾ ਉਹ ਕਰੇ ਲਓ।
ਤੇ ਬਾਕੀ ਵੀਰੇ ਆਹੀ ਗੱਲਾਂ ਕਰਨੀ ਤੀਆਂ। ਠੀਕ ਹੈ ਵੀਰੇ, ਧੰਨਵਾਦ, ਮਿਲਦੇ ਹਾਂ ਅਗਲੀ ਵੀਡੀਓ ਵਿੱਚ।